कुड़ी कड़ी तो नहीं छेड़ती किस दी? नहीं हद होगी पता है क्या बैठे तुरे है कंपनी बज गई केड़ी कंपनी आ जेड़ी हर मनाली दी क्राउन जिते नहीं लैंड ता मैं भी जान दिया सारी कमेटी नु इकट्ठा करो तुसी ता की नहीं पैसे दिंदे तुसी ता 40 दे के खड़े छुटो साडी दा काम साडे ता आपे मर गए भैया आपे लुटे गए मैं पट्टा करता है सारा मारने ते तू तो लग जाना बापे माता यार हूं आया प्रीत चाह जी तेरी बैठिया महा चल फिर लग दे उदू बाद काम ती नाले मर जा पुछ ला हरमन कोई ब्याज नहीं लाउंदा जे 10 दिन बाद पैसे फिर रखेगा तू फिर कहिंदा मैं भाई ब्याज लऊं 1.5 रुपए सैकड़ा अच्छा है ओनू पुछ ला माड़ा मोटा जे दे जूगा हुण तां मेरी गल हो गई ओदी मम्मी नाल कल हथने अज आऊगा पैसे देणो आऊगा हां चल मैं भी तन्नो बैठे हां शुक्र है चल आऊगा जो हो पैसे दे मेरे ता कंजर दा ऐ ब्लड जा घटी जांदा पता नहीं कातों यार की हो गया ऐ जी हो जांदा किते मैं ऊई ना पूरा परा हो जा किते ओ कोई तो नहीं बापे कुछ हुंदा टैग टू कदा हो जाए किते यार ओ तेनू होगा टैग गहां दी दा ऊई मरी ना बहम ना करया कर बापे तेनू बड़ा पता है पूरा बरसीनी गया भैं हथने बिंद च मर गया गल करता करता मोड़ते उ लुलक गया और कुछ नहीं होंगे बापे का माड़ा मोटा बैवादी जी हो जाती है यार दस दिन की होंगे ए जी लगी जाता ए जी ढिड जो ए जी जिम्मे सला कोई कुछ निकलता जाता खुशी जी जाता जिम्मे कुछ पनी जिमे नुकसान जहा होगा इंज लगता गा ए हाँ पक्का पक्का ब्लड घटे मेरे न भी हो जाते भी हौल जे पेंदे ने ब्लड घटा कोई टैग टूक पानी लेके भज के पहला बीबी क्या बीबी बीबीए पानी ले गई बापे नू तू ना हिल के जाई तेरे झांजरा पई ने पैरां च ओ मैं फिल्म जी डाउनलोड दा रखिया बापे हो जा फिल्म दा नाले होर दा जो तेने लखे लेके ने आ ले फड़ की हो गया होना की आ हो गया कहदा मेरा दा कहदा ये लगदा भी जिवें कोई ਅੰਦਰੋਂ ਕਹਿੰਦਾ ਵੱਡੀ ਹੀ ਜਾਂਦਾ ਕਹਿੰਦਾ ਬਲੱਡ ਜਾ ਘਟ ਕਹਿੰਦਾ ਕਿਤੇ ਟੈਕ ਨਾ ਹੋ ਜਾਏ ਮਾ ਕੁਛ ਰੇ ਕਿਤੇ ਹੋਈ ਨਾ ਪੂਰਾ ਪਰਾ ਹੋ ਜਾਂਦਾ ਆ ਨਹੀਂ ਤੂੰ ਮਰਦਾ ਦੋਵਾਂ ਚੋਂ ਨੂੰ ਲੈ ਕੇ ਮਰੇਗਾ ਔਰ ਮਰਨਾ ਤੂੰ ਫੱਟਾ ਕੱਟਾ ਪਿਆ ਧੜੀ ਧੜੀ ਖਾਂਦਾ ਤੇ ਧੜੀ ਧੜੀ ਹੱਗਦਾ ਜਾ ਐ ਕਰ ਉਹ ਯਾਰ ਫੂਲ ਡਾਕਟਰ ਦੇ ਐ ਗੋਲੀਆਂ ਕਹਿ ਕੇ ਲੈ ਕੇ ਆ ਵੀ ਉਹ ਹੈਗੀਆਂ ਮੇਰੇ ਕੋਲ ਆ ਦੇ ਨਾਲੇ ਲਿਆਈ ਆ ਆ ਦੇਖ ਲੈ ਸੀ ਮੈਂ ਤੇਰੀ ਵਾਰਤਾਲਾਪ ਮੈਡੀਕਲ ਦੀ ਦੁਕਾਨ ਦਾ ਨਾਲ ਬੰਨੀ ਫਿਰਦੀ ਆ ਇਹ ਓਏ ਖਾਵਰਾ ਕਾਦੀਆਂ ਚੱਕੀ ਫਿਰਦੀ ਉਹ ਇਹ ਹਾਂ ਤੈਨੂੰ ਬਹੁਤ ਪਤਾ ਲਫੜ ਖਾ ਗੋਲੀਆਂ ਦੋ ਉਹੀ ਨਾ ਖਾਈ ਜਾਇਆ ਕਰੋ ਗੋਲੀਆਂ ਇਹਦਾ ਪੂਰੀਆਂ ਜਿਹਨੇ ਉਹ ਤਾਂ ਹੋ ਹੁੰਦੇ ਨੇ ਓਏ ਆ ਤਾਂ ਆ ਨਾ ਉਹ ਜਿਹੜੀ ਸਨਾਮ ਬੱਸ ਅੱਡੇ 'ਚ ਵੇਚਦੇ ਨੇ ਜਿੱਦਲੀ ਜੀ ਗੋਲੀ ਨਾ ਤੂੰ ਕੀ ਐਮਬੀਬੀਐਸ ਡਾਕਟਰ ਵਾਂ ਨਾ ਮਾਰਦਾ ਫਰਦਾ ਖਾ ਲਾ ਪਾਪੇ ਖਾ ਲਾ ਰਫੂਲ ਡਾਕਟਰ ਦਾ ਲਿਆਨੀਆਂ ਹੋਰ ਦੇ ਦੇ ਦੋ ਨਾ ਉਹ ਗੱਡੀ ਚੜਨਾ ਉਹਨੂੰ ਹੋਰ ਗੋਲੀਆਂ ਖਲਾ ਕੇ ਯਾਰ ਰੋਟੀ ਰੱਟ ਲੈ ਕੇ ਆਣੀ ਹਾਏ ਹਾਏ ਉਹ ਛੱਡ ਪਰਾ ਆਊਗਾ ਜੋ ਹੋਰ ਹੋ ਹੈ ਆਊਗਾ ਆਊਗਾ ਤੂੰ ਆਏ ਕਰ ਹੈ ਆ ਕੁੜਤਾ ਕੱਟਤਾ ਜਾਂ ਵਧੀਆ ਪਾ ਲੈ ਜਿਹੜਾ ਲਾਲ ਜਿਹੀ ਕਢਾਈ ਜਿਹੜਾ ਉਹ ਪਾ ਲੈ ਅੱਜ ਬਾਪੇ ਕੁਛ ਨਹੀਂ ਹੁੰਦਾ ਓਏ ਆ ਵਧੀਆ ਦਾ ਪਿਆ ਇਹਨੂੰ ਕੀ ਹੋਇਆ ਪੱਠੇ ਬੜੇ ਆ ਦੇਖ ਲਾ ਉਰੋ ਤਾਂ ਪੱਟਿਆ ਪਿਆ ਇਹ ਚੱਲ ਵੀਰ ਖੇਤੀ ਕਰਨ ਤਾਂ ਇਹ ਜੀ ਹੁੰਦੇ ਨੇ ਪਾਏ ਹੋਏ ਓਏ ਉਹਦੇ ਨਾਲ ਐ ਨਹੀਂ ਪਤਾ ਕੋਈ ਵੱਡਾ ਸਾਰਾ ਆ ਜੇ ਜਾਂ ਮੈਡਮ ਆ ਜੇ ਚੰਡੀਗੜ੍ਹ ਤੋਂ ਹੋਣਗੇ ਉਹਦੇ ਨਾਲ ਪੈਸੇ ਦੇਣਾ ਬੇਇੱਜ਼ਤੀ ਕਰਾ ਕੇ ਧਰ ਦੇਗਾ ਤੂੰ ਮੇਰੀ ਚਿੱਕ ਦੇਣਗੇ ਕਿ बिना दसे बंद कर टेलीफोन करके कह सू 12 लाख रुपया नगद दे ਸਰਪ੍ਰਾਈਜ਼ ਰਪੂਜਾ ਵਿੱਚ ਹੀ ਕਟਾ ਦੇ ਕਹਿੰਦੇ ਜਿੰਨੇ ਕਹਿੰਦਾ ਕੱਟਦਾ ਆਪਾਂ ਰੇੜਾ ਨਵਾਂ ਕਰਾ ਲਾਂਗੇ ਓਏ ਉਹ ਸਰਪ੍ਰਾਈਜ਼ ਨਹੀਂ ਹੁੰਦਾ ਕੋਈ ਚੀਜ਼ ਨਹੀਂ ਹੁੰਦੀ ਉਹ ਡੱਬਾ ਨਹੀਂ ਹੁੰਦਾ ਕੋਈ ਉਹ ਸਰਪ੍ਰਾਈਜ਼ ਆ
ਉਹ ਤਾਂ ਊਂ ਹੁੰਦਾ ਯਾਰ ਵੀ ਮੈਂ ਇਹਨਾਂ ਨੂੰ ਬਿਨਾਂ ਦੱਸੇ ਖੁਸ਼ੀ ਦੱਸੂੰਗਾ ਵੀ ਐਂ ਕਰਕੇ ਵੀ ਆਹ ਲੈ ਕੇ ਆਇਆ ਵਾਂ ਬਿਨਾਂ ਦੱਸੇ ਉਹਨਾਂ ਦੇ ਅੱਖਾਂ ਸਾਹਮਣੇ ਧਰੂੰਗਾ ਕਹਿੰਦਾ ਪੈਸੇ ਉਹਨੂੰ ਸਰਪ੍ਰਾਈਜ਼ ਕਹਿੰਦੇ ਨੇ ਜਾਂ ਫਿਰ ਐਂ ਕਰ ਭੱਜ ਕੇ ਸ਼ੇਰ ਬਣ ਕੇ ਮੈਂ ਤਾਂ ਹੁਣ ਜਾਇਆ ਨਹੀਂ ਨਾ ਖੇਤਾਂ ਲਾਇਟ ਆ ਰਹੀ ਆ ਜਾਂ ਉਹਨੂੰ ਕਿਆਰੀ ਜੀ ਰਮਾਇਆ ਉਹਦੀਆਂ ਗਾਜਰਾਂ ਗੁਜਰਾਂ ਮੂਲੀਆਂ ਮਾਲੀਆਂ ਲਾਈਆਂ ਨੇ ਜਾਂ ਵਗ ਜਾ ਮੈਂ ਇੰਨੇ ਪਾਠੀ ਕੋਲੇ ਜਾਇਆ ਵਾਂ ਪਾਠੀ ਲਵੇ ਕੀ ਕਰੇਗਾ ਤੂੰ ਓਏ ਸੁੱਖ ਨਾਲ ਆਪਣੇ ਘਰੇ ਪੈਸੇ ਆਉਣਗੇ ਹੈ ਸੁੱਚੇ ਹੋ ਜੂਗਾ ਆਪਣਾ ਘਰ ਗੁਰੂ ਮਹਾਰਾਜ ਦੇ ਆਪਣੇ ਘਰੇ ਚਰਨ ਪੈ ਜਾਣਗੇ ਨਾਲੇ 10 ਬੰਦੇ ਨਿਕਲ ਜੂਗਾ ਹੈ ਚੱਲ ਵਗ ਜਾ ਫਿਰ ਹੋਰ ਹੁਣ ਚੱਲ ਕੋਈ ਨਾ ਵਧੀਆ ਗੱਲ ਕਰਾ ਲਾਂਗੇ ਆਪਾਂ ਹੋਰ ਹੁਣ ਜਾਂ ਭੱਜ ਜਾ ਨਹੀਂ ਉਹ ਪਾਠੀ ਕਿਧਰੇ ਪਾਸੇ ਲੰਘ ਜਾਂਦਾ ਹੁਣ ਮੈਂ ਵੀ ਜਾਣਾ ਚਾਹ ਪੀ ਕੇ ਓਏ ਆਹਾ ਓਏ ਕੀ ਤੇਰੇ ਸਾਲਕ ਨੇ ਸਾਰੇ ਪੱਖੇ ਪੁੱਖੇ ਜੇ ਬਾਹਰ ਕੱਢ ਰੱਖੇ ਨੇ ਮੰਜੇ ਮੁੰਜੇ ਬਾਹਰ ਕੱਢ ਰੱਖੇ ਨੇ ਅੱਛਾ ਆ ਇਹਦਾ ਪਾਪੇ ਪਾ ਵੇਚਾਂਗੇ ਕਬਾੜ ਆ ਇਹ ਕਿਉਂ ਹੋਰ ਆ ਮੇਰੀ ਗੱਲ ਸੁਣ ਲੈ ਆਪਣੇ ਹੁਣ ਮੈਡਮ ਮਾਸਟਰ ਵਧੀਆ ਆਇਆ ਕਰਨਗੇ ਪੜ੍ਹੇ ਲਿਖੇ ਮੇਰਾ ਸਾਲਕ ਨੇ ਤੈਨੂੰ ਪਤਾ ਕਿਵੇਂ ਬਣਾਇਆ ਸਮਾਨ ਮੈਂ ਇਹ ਉਹ ਜਿਹੜਾ 12 ਲੱਖ ਰੁਪਈਆ ਆਇਆਗਾ 1 ਲੱਖ ਰੁਪਏ ਦਾ ਫਰਨੀਚਰ ਲਿਆਵਾਂਗੇ ਆਪਾਂ ਸਪਰਿੰਗ ਵਾਲੇ ਸੋਫੇ ਲਿਆਵਾਂਗੇ ਤੇ ਉਹ ਡਬਲ ਬੈੱਡ ਲਿਆਵਾਂਗੇ ਜੀ ਜੱਡਾ ਗੱਦਾ ਹੁੰਦਾ ਝੋਦਾ ਬਣਿਆ ਵੱਡੇ ਗੱਦੇ ਦਾ ਨਾਲ ਛੋਟੇ ਗੱਦੇ ਦਾ ਕੀ ਕਰਾਉਣਾ ਇਹਦਾ ਲੋਹਾ ਕਿਤੇ ਕੰਮ ਆਇਆ ਇਹ ਆ ਪੱਖਾ ਜਾਂ ਗੱਦੇ ਲਾਇਆ ਅੰਦਰ ਦੇ ਆ 12 ਲੱਖ ਰੁਪਏ ਮੈਂ ਤਾਂ ਐ ਸੋਚਿਆ ਵੀ ਇੱਕ ਤਾਂ ਆਪਾਂ ਟਰੈਕਟਰ ਲੈ ਲਾਂਗੇ ਹੈ ਘਰ ਦਾ ਸਾਧਨ ਬਣ ਜਾਊਗਾ ਰੇੜਾ ਕਰਵਾ ਲਾਂਗੇ ਨਵਾਂ ਹੈ 2-2.5 ਕਿੱਲੇ ਜ਼ਮੀਨ ਗਹਿਣੇ ਗੁਣੇ ਲੈ ਲਾਂਗੇ ਜੇ ਨਾ ਬੈ ਲੈਤੀ ਗਈ ਤੂੰ ਤਾਂ ਆਹੀ ਗੋਹੇ ਮੈਂ ਗਾਹ ਸੋਚੀ ਜੇ ਨਾ ਤੂੰ ਪਿੱਛੇ ਪੈਰ ਖਿੱਚੀ ਜਾਂਦਾ ਓਏ ਯਾਰ ਫਿਰ ਹੈ ਵੀ ਨਹੀਂ ਕੋਈ ਬੈਠਣ ਨੂੰ ਪੁਰਾਣੇ ਬੈੱਡ ਨੇਗੇ ਕਿਹੜਾ ਬੈਂਦਾ ਉਹਨਾਂ ਤੇ ਚੰਡੀਗੜ੍ਹ ਵਾਸਤੇ ਉਹ ਪੱਖਾ ਜਾਂ ਗਈਆਂ ਪੱਖਾ ਉਦੋਂ ਲਾ ਲਿਆ ਜੇਠ ਹਾੜ ਚ ਮੇਰਾ ਸਾਲ ਜਦੋਂ ਲਾਇਆ ਆ ਗੇਟ ਲਵੇ ਭੱਜਿਆ ਆ ਉਹ ਭੱਜਿਆ ਗੇਟ ਚੱਲਦਾ ਦੇਖ ਲੈ ਕਿਵੇਂ ਵੇਚੂ ਜਦੋਂ ਪੈਸੇ ਕਮਾਉਣੇ ਪਤਾ ਲੱਗੇ ਫਿਰ ਕਿਵੇਂ ਕਮਾਈਂਦੇ ਨੇ ਹੈ ਤੰਗਲੀ ਮੰਗੂ ਪੈਸੇ ਡਾਈ ਜੀ ਨੇ ਦੋਏ ਮਾਰ ਕੇ ਲੜਨਾ ਬਾਈ ਮੇਰੇ ਨਾਲ ਮੇਰੀ ਗੱਲ ਸੁਣ ਲੈ ਆਪਦਾ ਵਗ ਜਾ ਜੇ ਜਾਣਾ ਪਾਠੀ ਲਵੇ ਨਾ ਕਲੇਸ਼ ਪਾਇਆ ਕਰ ਥੋੜਾ ਰੰਡੀ ਰੋਣਾ ਬਾ ਮੈਂ ਵੀ ਜਾਣਾ ਯਾਰ ਚਾਹ ਜੀ ਵੀ ਆਵਾਂਗੇ ਦੁਆਰੇ ਤੇਰੇ ਸ਼ਮ ਕਰ ਦੇ ਜਪ ਨਾਮ ਜਪ ਨਾਮ ਆਵਾਂਗੇ ਦੁਆਰੇ ਤੇਰੇ ਸ਼ਮ ਕੁੜੇ ਪ੍ਰੀਤ ਮੇਰੇ ਨਰਾਲੇ ਬਾਬੇ ਕਾਸੀਪੁਰ ਵਾਲੇ ਦਾ ਪ੍ਰਸ਼ਾਦ ਬਣਾਉਣੀ ਹੈ ਝਾਟਾ ਨੰਗਾ ਕਰਕੇ ਆਹ ਚੱਪਲ ਪੈਰੀ ਪਾ ਕੇ ਕੁੜੇ ਉਤਾਰ ਲਾ ਕਦੀ ਕਾਸੀਪੁਰ ਗਈ ਹੋਵੇ ਤਾਂ ਹੀ ਤੈਨੂੰ ਪਤਾ ਲੱਗੇ ਮੈਂ ਤਾਂ ਇਹੋ ਜਿਹੇ ਬਾਬੇ ਦੀ ਮਕਾਨ ਨਾ ਜਾਵਾਂ ਨਾਲੇ ਆਹ ਪ੍ਰਸ਼ਾਦ ਤੁਸੀਂ ਕਦੇ ਗੁਰੂ ਘਰ ਤਾਂ ਚੜ੍ਹਾਇਆ ਨਹੀਂ ਲੱਗੇ ਆ ਪਖੰਡੀਆਂ ਨੂੰ ਪ੍ਰਸ਼ਾਦ ਚੜ੍ਹਾਉਣ ਇਹ ਤਾਂ ਮੈਂ ਤੁਹਾਡੇ ਕਰਕੇ ਬਣਾ ਰਹੀ ਹਾਂ ਨਹੀਂ ਮੈਂ ਤਾਂ ਬਣਾਵਾਂ ਵੀ ਨਾ ਨਹੀਂ ਇਹੋ ਜਿਹੀ ਮਨਸ਼ਾ ਲੈ ਕੇ ਪ੍ਰਸ਼ਾਦ ਬਣਾਉਣੀ ਹੈ ਤਾਂ ਹੀ ਗੋਦੀ ਲਾਲ ਖੜਾਉਣੀ ਹੈ ਚਾਰ ਜਵਾਕ ਮੈਂ ਜੰਮੇ ਜਿੱਦਣ ਦੀ ਨਰਾਲੇ ਬਾਬੇ ਦੇ ਜਾਣ ਲੱਗੀ ਹੈ ਤਿੰਨ ਜੰਮੀਆਂ ਧੀਆਂ ਚੌਥਾ ਜੰਮਿਆ ਬੱਬੂ ਅੱਜ ਤੱਕ ਬਾਲ ਬਿੰਗਾ ਨਹੀਂ ਹੋਇਆ ਮੇਰੇ ਜਵਾਕਾਂ ਦਾ ਨਾ ਮੰਮੀ ਜੇ ਮੈਂ ਮੁੰਡਾ ਨਹੀਂ ਖੜਾਇਆ ਤੁਸੀਂ ਕਿਹੜਾ ਪੋਤੇ ਖੜਾ ਲਏ ਤੁਸੀਂ ਤਾਂ ਮੰਨਦੇ ਆ ਨਾ ਨਰਾਲੇ ਬਾਬੇ ਨੂੰ ਕੀ ਕਰਤਾ ਉਹਨੇ ਨਹੀਂ ਬਹੁਤੀ ਨਾ ਮੈਂ ਨਾ ਜਵਾਨ ਲੜਾ ਪ੍ਰਸ਼ਾਦ ਬਣਾ ਲਾ ਨਾਲੇ ਨਹਾ ਧੋ ਕੇ ਤਿਆਰ ਹੋ ਮੱਥਾ ਟੇਕਣਾ ਮੈਂ ਕੋਈ ਨਹੀਂ ਮੱਥਾ ਟੇਕਦੀ ਨਾ ਮੈਂ ਅੱਜ ਟੇਕਿਆ ਨਾ ਮੈਂ ਟੇਕਾਂ ਕੱਲ ਮੈਂ ਨਹੀਂ ਮੰਨਦੀ ਤੁਸੀਂ ਜਿੱਥੇ ਜਾਣਾ ਜਾਓ ਮੈਂ ਮਰ ਜਾ ਮੈਂ ਤਾਂ ਸਿਰਫ ਗੁਰੂ ਘਰ ਜਾਂਦੀ ਹਾਂ ਤੇ ਉੱਥੇ ਹੀ ਜਾਊਂਗੀ ਸੁੱਖ ਨਾਲ ਚਾਰ ਪੈਸੇ ਆਉਣਗੇ ਅੱਜ ਘਰ ਤੂੰ ਸੁੱਖ ਮਨਾ ਹੈ ਖੁਸ਼ੀ ਆਉਣ ਵਾਲੀ ਹੈ ਪਹਿਲੇ ਖਰੋੜ ਕਰਦੀ ਹੈ ਅਕਲ ਬਹੁਤ ਵਾ ਇਹਨੂੰ ਜਪ ਨਾਮ ਜਪ ਨਾਮ ਇੱਕ ਜੱਸੀ ਨੂੰ ਇੰਨੇ ਟਾਈਮ ਦਾ ਸੁਨੇਹਾ ਲਾ ਰੱਖਿਆ ਹਜੇ ਤੱਕ ਨਹੀਂ ਆਈ ਉਹਨੂੰ ਪਹਿਲਾਂ ਫੋਨ ਕਰਾਂ ਭਾਈ ਮੱਥਾ ਟੇਕਣਾ ਨਾਂ ਲੈ ਕੇ ਬਾਬੇ ਦਾ ਹੈ ਹੈਲੋ ਕੁੜੇ ਜੱਸੀ ਆਈ ਨਹੀਂ ਹੈ ਕਦੋਂ ਆਉਣਾ ਤੂੰ ਉਹੀ ਗੱਲ ਕਰਤੀ ਕਮਲਿਆਂ ਵਾਲੀ ਆ ਜਾ ਨੂਰ ਦਾ ਭਾਪਾ ਲੈ ਕੇ ਆਈ ਉੱਥੇ ਚੱਲ ਆ ਜਾ ਚੰਗਾ ਜਪ ਨਾਮ ਓਹੋ ਕਿਵੇਂ ਖਲਾਰਾ ਪਾਇਆ ਇਹਨਾਂ ਨੇ ਲੈ ਦੀਵਾਲੀ ਨੂੰ ਸਫਾਈ ਨਹੀਂ ਕਰੀ ਹੁਣ ਸਫਾਈ ਕਰਦੀਆਂ ਨੇ ਲੈ ਪਿੰਡ 'ਚੋਂ ਵੀ ਬੁਲਾ ਰੱਖੀਏ ਬੇਬੇ ਹੋਰ ਬੇਬੇ ਕਿਵੇਂ ਆ ਲੈ ਕਿਵੇਂ ਆ ਪ੍ਰੀਤ ਸਤਿ ਸ਼੍ਰੀ ਅਕਾਲ ਜੱਸੀ ਭੈਣ ਠੀਕ ਹਾਂ ਕਿਵੇਂ ਬੈਠੀ ਹਾਂ ਚੁੱਪ ਜਿਹਾ ਕਰੀ ਨਾ ਬਸ ਵੈਸੇ ਹੀ ਠੀਕ ਹਾਂ ਮੈਂ ਤਾਂ ਆ ਲੈ ਮੈਂ ਵੀ ਘਿਓ ਲਈ ਹਾਂ ਮੇਰਾ ਵੀ ਮਾੜਾ ਮੋਟਾ ਹਿੱਸਾ ਪੈ ਜਾਓ ਤੇ ਮਾਸੀ ਨਹੀਂ ਦਿਖਦੀ ਕਿੱਥੇ ਆ ਮੰਮੀ ਜੀ ਤਾਂ ਅੰਦਰ ਨੇ
अच्छा चल बना ला, मैं मासी को जाया महे। ठीक है मासी। जपना जपना इस काम मत्था टेक रही मासी। राजी रे मत्था ना टेकया कर ना, सवेर दा तैनू फोन किया आ, तू हुण आई आ 11:30 बजे। किन्नी बार नराले बाबे ने समझाया बे खुशी दे कारज 12 बजे तो पहला पहला हुंदे आ। कोई ना मासी बह जा, ऐवें ना भख्या कर। आ मैं तैनू गल दसदी आ, नूर दा पापा पिंड च गया होया थी, उन्हें नहीं खाधी थी रोटी। मैनू आए सी मां उन्हू रोटी खवा के वग जू। तेनू तो पता मैं इत्थे बिना हो रोटी नहीं खांदा हैगा, तू तो उई भखी पईआं। कोई ना 11:30 ही होए ने, अद्धा घंटा पिया टेक लांगे मत्था। गल तां कुछ भी नहीं हैगी, भखण दी गल नहीं धीए, गल ए आ वे 12 बजे तो बाद मर्ग दे कारज हुंदे ने। हैं तू ओही गल कर दित्ती। चल कोई ना तू टेंशन ना ले, मैनू ऐ दस कोई काम धंधा हैगा करन वाला जिथे आपां मत्था टेकांगे? सुची थां कर ली उह? थां तां मैं सुची कर लई, आ बनाउंदी आ प्रीत प्रसाद, मसा जिहा खलारा जिहा पा रख्या आ। नाले हाँ मैं तां पुछना ही भुल गई, आह किवें तुसीं गाह जिहा पा रख्या, की गल सफाइयां तुसीं दिवाली नूं नहीं कीतियां? कीतियां सी, हार मनाऊगा अज। अच्छा हाँ, पैसे अपने डबल हो जाणगे। चल वधिया वधिया, हाँ तां करके उहदे नाल कंपनी वालिआं ने आउणा। मैं कहा भाई थोड़ियां बहुतियां सफाइयां करा लईए, आ पिंडों मंगाई सी नछत्तर कौर। अच्छा अच्छा, मैं कहा चल माड़ी मोटी साडा मदद कर दूगी काम कार च, कमरे कमरे धोते ने सारे। नाले ऐ दस मासी मैनू, आ थोने किन्ने क पैसे लाए हुए ने? ਮੈਂ ਬਥੇਰੇ ਲਾਤੇ, ਅਸੀਂ ਤਾਂ 6 ਲੱਖ ਤਾਂ ਸਾਡਾ ਹੀ ਆਊਗਾ, ਅਸੀਂ 3 ਲੱਖ ਲਾਇਆ ਸੀ, ਬਾਕੀ ਮੇਰੀ ਨਣਦ ਦੇ ਨੇ, ਕੁੱਲ ਮਿਲਾ ਕੇ 12 ਲੱਖ ਰਾ ਜਾਊਗਾ। ਚੱਲ ਵਧੀਆ, ਨਾਲੇ ਮੈਂ ਤਾਂ ਐਂ ਕਹਿੰਦੀ ਹਾਂ ਮਾਸੀ, ਆਹ ਜਿਹੜੇ ਮੇਰੇ ਪੈਸੇ ਆਉਣਗੇ ਉਹਨਾਂ 'ਚੋਂ ਨਾ ਮੈਨੂੰ 2,000 ਰੁਪਇਆ ਦੇ ਦੀ, ਆਹ ਨੂਰ ਦੇ ਪਾਪੇ ਦਾ ਫੜਿਆ ਹੋਇਆ ਪਰ ਉਹਨੂੰ ਮੋੜ ਦਿਉ ਪਲੇਸੀ ਨੂੰ, ਹੈਂ ਅਤੇ ਬਾਕੀ ਸਾਰੇ ਮੇਰੇ ਫੇਰ ਲਾ ਦਿਓ, ਨਾਲੇ ਡਬਲ ਡੁਬਲ ਹੋ ਜਾਣਗੇ। ਅੱਛਾ ਤੂੰ ਲਾਏਂਗੀ? ਹੋਰ ਮੈਨੂੰ ਤਾਂ ਬਸ 2,000 ਰੁਪਇਆ ਦੇ ਦੀ, ਵਾਧੂਆ ਮੈਨੂੰ ਤਾਂ। ਚੱਲ ਭਾਈ ਉਹ ਤਾਂ ਤੂੰ ਹੁਣ ਪੁੱਛੀ ਬੱਬੂ ਨੂੰ ਜਾਂ ਹਰਮਨ ਨੂੰ, ਇਹ ਤਾਂ ਮੈਨੂੰ ਪਤਾ ਨਹੀਂ, ਉਹਨਾਂ ਵੱਲੇ ਲਵਈਆ ਹਿਸਾਬ ਕਿਤਾਬ। ਮਾਸੀ ਆ ਦਰੀ ਤਾਂ ਵਿਛਾਤੀ, ਕੋਈ ਚਾਦਰ ਚੂਦਰ ਤਾਂ ਨਹੀਂ ਵਿਛਾਉਣੀ? ਨਾ ਚਾਦਰ ਨਹੀਂ ਵਿਛਾਉਣੀ, ਇਹ ਤਾਂ ਫੁੱਲ ਬਗੀਚੇ ਐਂ ਸੋਹਣੇ ਲੱਗਦੇ ਨੇ। ਹਾਂ ਮੈਂ ਵੀ ਕਰਤਾ ਇੱਧਰ। ਲੈ ਮੈਨੂੰ ਫੜਾ ਕੱਪੜਾ ਜਿਹਾ, ਮੈਂ ਸਾਫ਼ ਕਰਾਂ ਸਮਾਰ ਕੇ। ਲੈ ਤੂੰ ਤਾਂ ਹੱਥ ਜੇ ਮਾਰੀ ਜਾਂਦੀ ਆ। ਵੱਡੇ ਸਾਰੇ ਇੱਧਰ ਬੈਠ ਜਾਣਗੇ, ਹਰਮਨ ਬੈਠੂਗਾ ਇੱਥੇ, ਜੇ ਕੋਈ ਨਾਲ ਹੋਇਆ ਫਿਰ ਉਹ ਇੱਥੇ ਬਹਿ ਜਾਊਗਾ। ਹਾਂ ਇਹ ਵੀ ਵਧੀਆ, ਚੱਲ ਹਾਂ ਜਿਹੜੀ ਆਪਾਂ ਨੇ ਕੀ ਆ ਰੂਈ ਜੇ ਦਰੀ ਤੇ ਚੰਗੀ ਨਹੀਂ ਲੱਗਦੀ। ਚੱਲ ਕੋਈ ਨਾ ਇਹ ਤਾਂ ਸਾਫ਼ ਕਰ ਲੈ। ਸੱਚ ਹੋਰ ਗੱਲ ਸੁਣ ਲੈ, ਬੱਬੂ ਦੇ ਪਾਪੇ ਨੇ ਖੇਤ ਵਾਲੀ ਮੱਟੀ ਤੇ ਜਾ ਕੇ ਦਾਰੂ ਦਾ 1.25 ਮਹੀਨੇ ਲਈ ਨੇਮ ਪਾ ਲਿਆ। ਚੱਲ ਵਧੀਆ ਹੋ ਗਿਆ, ਇਹ ਤਾਂ ਨਾਲੇ 1.25 ਮਹੀਨਾ ਘਰੋਂ ਪਲੇਸਟ ਲੂ, ਨਾਲੇ ਮਾਸੀ ਤੇਰੇ ਹੱਡ ਬਚ ਜਾਣਗੇ ਸੇਕਣ ਕਰਿਆ, ਨਹੀਂ ਤੀਜੇ ਦਿਨ ਕਹਿ ਦਿੰਦੀ ਤੀ ਆਏ ਹਾਏ ਨਹੀਂ ਤੇਰੇ ਤਾਏ ਨੇ ਕੁੱਟਤੀ। ਨਹੀਂ ਹੁਣ ਨਹੀਂ ਭਰਪੂਰ ਸੀ 1.25 ਮਹੀਨਾ ਹੱਥ ਲਾਉਂਦਾ ਦਾਰੂ ਨੂੰ। ਚੱਲ ਵਧੀਆ ਹੋ ਗਿਆ, ਨਾਲੇ ਮੇਰੀ ਗੱਲ ਸੁਣ ਮਾਸੀ, ਆਹ ਅਫਸਰ ਤਾਂ ਆਉਣ ਵਾਲੇ ਹੋ ਰਹੇ ਨੇ, ਕੋਈ ਖਾਣ ਪੀਣ ਨੂੰ ਚੀਜ਼ ਮੰਗਾਈ ਆ ਕਿ ਨਹੀਂ? ਲੈ ਉਹ ਚੇਤਾ ਕਰਾਤਾ। ਲੈ ਦੇਖ ਲਾ ਹਜੇ ਤੱਕ ਮੰਗਾਈ ਨਹੀਂ। ਬੇ ਬੱਬੂ ਕਿੱਧਰ ਆ ਬੇ? ਅੰਦਰ ਬੜਿਆ ਬੈਠਾ ਗਾ, ਐ ਨਹੀਂ ਹੈਗਾ ਪੁੱਤ ਵੀ ਅਫਸਰ ਆਉਣ ਵਾਲੇ ਨੇ, ਨਾਲੇ ਤਾਂ ਜਾ ਦੁਕਾਨ ਤੋਂ ਲੈ ਕੇ ਆ ਭੁਜੀਆ ਬਿਸਕੁਟ, ਵੱਡੇ ਸਰ ਆਉਣ ਵਾਲੇ ਨੇ। ਇੱਕ ਬੱਤਾ ਫੜ ਲਿਆਈ, ਬੱਤਾ ਲਿਆਈ ਉਹ ਖੱਟਾ ਪੀਲਾ ਜਿਹਾ। ਹਾਂ ਵੇ ਕੰਚ ਦੇ ਗਲਾਸਾਂ 'ਚ ਪਾਇਆ ਬਲਾਈ, ਸੋਹਣਾ ਲੱਗਦਾ ਚੰਗਾ। ਆਹੋ ਜਾ ਲੈ ਕੇ ਆ ਮੇਰਾ ਪੁੱਤ, ਜਾ ਮੇਰਾ ਸੋਹਣਾ। ਚੱਲ ਠੀਕ ਮੱਥਾ ਟੇਕਦੇ ਪਹਿਲਾਂ, ਥਾਂ ਸੁੱਚਾ ਕਰਦਾ ਮੈਂ ਦੁਬਾਰਾ। ਰਾਜੂ ਓਏ, ਹਾਂ ਬਾਬੂ, ਫੈਂਟੇ ਦੀ ਬੋਤਲ ਦੇ 1 ਲੀਟਰ ਵਾਲੀ ਕਿ ਭੋਜੀਆ ਦੇ ਬਿਸਕੁਟ, ਛੇਤੀ ਕਰ ਬਈ ਜਿਹੜੇ ਬੰਦੇ ਆ ਰਹੇ ਨੇ। ਦੇ ਨਾ ਬਾਈ, ਕੀ ਦੇਖੀ ਯਾਰ, ਨਾ ਉਦੋਲੇ ਵਾਲਾ ਮੈਂ ਚਾ ਨਾ ਨਾ, ਮੈਂ ਤਾਂ ਆਹ ਦੇਖਦਾ ਤੀ ਯਾਰ, ਕਰਾਉਣ ਕੰਪਨੀ ਜੀ ਭੱਜ ਗਈ। ਹੈਂ ਕਰਾਉਣ ਕੰਪਨੀ ਜੀ ਭੱਜ ਗਈ, ਆਹ ਦੇਖ। ਹੋਰ ਹੂ ਕੋਈ? ਨਾ ਨਾ ਉਹੀ ਆ, ਕਰਾਉਣ ਕੰਪਨੀ ਜੀ ਭੱਜ ਗਈ, ਸੁਨਾਮ ਦੇ ਬਾਣੀਆਂ ਨੇ 3 ਕਰੋੜ ਲਾਇਆ ਤੀ, ਦਵਾਈ ਪੀ ਕੇ ਮਰ ਗਿਆ। ਹਾਂ ਉਹ ਇਹਦਾ ਕਰਾਉਣਾ ਸੁਨਾਮ ਦੇ ਬਾਣੀ ਨੇ 3 ਕਰੋੜ ਲਾਇਆ ਸੀ, ਦਵਾਈ ਪੀ ਕੇ ਮਰ ਗਿਆ। ਹਾਂ ਬੜਾ ਬਹੁਤ ਮਾੜਾ ਹੋਇਆ ਯਾਰ। ਹੋਰ ਸਾਨੂੰ ਵੀ ਰਿਸ਼ਤੇਦਾਰ ਜੇ ਕਹਿੰਦੇ ਸੀ ਵੀ ਲਾ ਦੋ ਪੈਸੇ, ਅਸੀਂ ਤਾਂ ਲਾਏ ਨੀ, ਵਧੀਆ ਬਚ ਰਹੇ। ਵਧੀਆ ਬਈ ਅਸੀਂ ਕਿਹੜਾ ਲਾਏ ਨੇ ਗੇ, ਬਚ ਗਿਆ ਆਪਾਂ ਵੀ। ਚੱਲ ਯਾਰ ਬੱਬੂ ਇਹਦਾ ਬਾਅਦ ਚ ਦੇਖੂ, ਪਹਿਲਾਂ ਮੈਂ ਤੈਨੂੰ ਬੱਤਾ ਇੱਕ ਦੇ ਮੱਕ ਦੋ ਮਾਥੜੇ ਲੈ ਕੇ ਜਾਓ ਬੱਤਾ ਦਾ।
यार इन्हों दसा करना जे इन्हों दस तो कचीरा पा के बह जाएगियाँ जिन्ना टाइम शांति रही है बब्बू रहन दे यार इधर टल जा नीरियाले च बह जा आप ही जड़ा कुछ होना जो ले चल इन्ना तो है बे तू इन्हें सौख हो गई नूर दे पापू ने पापे ने दारू छड दिती चल बढ़िया हो और बुढ़िया नूं चाहीदा भी की है सूटां वूटां दा हुंदा आ गया जी आहो लिया पाई पा ठीक है भाई बढ़िया बढ़िया जसी ठीक है बब्बू किधर गया नहीं बब्बू आ बत्ता जिहा लैण भेजिया मैं कह हरमन हुणी आउण वाले आ रंगल मंगल हो जाना आ दारू दुरू का खेड़ा छड़ दे राम ना चुप करके निराले बाबे दे बाग जी नाम शब्द ले लई होर ताया जी हुण तां थोड़ी सियाणी उम्र हो गई नाले बथेरी पी ली आ वादू कट ली तुसी टेंपू करा के आप जाऊंगा डेरे तक है टेंपू का खर्चा ही भाई मैं दूंगा संगत है बस मेरा काम शुद्ध हो जाए है सुख ना मेरा मुंडा काम कर लग जाए भाई मेरे आ दो फुट जमीन दे होर बन जाना है अखंड पाठ दे सहज पाठ का टाइम दे चल पानी तत्ता किता आ आह कुर्ता खोल दे पाटिया पाई फिर कपड़े बदल ला अज दा चज दे कपड़े पा लो नाले बारो आस आणगे आ की कहणगे थानू सियाणे बयाणे हैगे आ तुसी किवें दे कपड़े पाउणा मैं मड़ जा दो टोकरे सन्नी दे करदा हैं फेर टाइम लगे ना लगे नहीं पता ओ 2 घंटे बैठे रहना थने 3 घंटे बैठे रहना हैं नाले भाई तू ऐ गरीब बहू रानी है हां जी समान लिखण आऊगा थने ध्यान नाल समान तू लिख ली भाई पाठी सिंह दा हैं जेड़ा कुछ सीधा पत्ता होऊगा जो भी लिख के देंगे अपन वह आप ले आवे है नाले पुन पाना निकल जूगा थोड़ा मोटा पिंड चाहिए भरपूर सिंह ने खासा बड़ा प्रोग्राम करे है कापी पेंसिल उरे रख ले टाइम ते लब्दा नहीं हुंदा आहो होर एक पावा करा है ना तो कर लो सन्नी तुसी और फिर टाइम लगे ना लगे हां चाह तार दियां फिर मैं उना दे नाले पीनी है भाई जस्सी जमी और ताही तो थानू कहने निराले बाबे दी कृपा हो गई चक्कर चकड़िया जा रंग रुंग करवा दें घरे चार शुक्र है मैं इसने भी डोका जा भन्या दिनों दिन तरक्की हो ही जाती है हैं जय बाबा मट जलिया चल 70-80 हज़ार दिन भी बेच देंगे यदा खर्चा पानी तो निकलू घर का तू इथे बैठा हो तू ऐ बैठा रे ऊई बह गया मैं हैं ऊई बह गया की गल होगी बहू ने लड़ लुड़ पिया होई ना हैं तेरी मां ने कहा कुछ कंचर जी ओही ता गल होगी ओही गल नहीं है यार लड़के आया बाहरों किसी नाल ते कुड़ी काड़ी तो नहीं छेड़ती किसी दी नहीं हद हो गई पुत है क्या बैठे तुरे है लहरे करोई जन्ना दस पुत की होया कुछ नहीं होया यार बड़ा हो जाए बापे ओ दस्ता दे पुत बन के की हो गया कुछ नहीं होया सुख नाल तेरा काम कर तक नवदे चल पे है जमीन जायदाद दे मालक आपा है गल दस पुत की हुई
कुछ नहीं हुआ। दस दे पुत दोवां च कोई तां गल हैगी होया है जां तां कुड़ी छेड़ के किसी दी तू जां फिर लड़के आ किसी नाल। यार कुछ नहीं हुआ, क्यों बाबे तू दिमाग खाई जन्ना यार। फिर गल दस दे पुत की हुई है। भैन गड़ी गई। की दी? अपनी होर की दी? क्यों है भला मैनू ऐ दस, तू ब्लड की गोली लेती थी ठीक है? मैं तो जमा ठीक हाँ पुत, तंदुरुस्त है। तेनों की हो गया मेरे पुत नू? है की हो गया पुत? फिर जे गल सुननी है कि दो गोलियां ब्लड दियां खा गया फिर दसू। ब्लड दी तो मैं तो ठीक ठाक है, टली वांगू खड़कदा मैं तो। तू मैनू गल तो दस पुत की हुई है। तू यार दो गोलियां ब्लड दियां खा ला, एक हाथ ते धर ला गोलियां, तन लिया तेनू गल दस दिना। हाए देख मेरा सालकड़ा होरे बणी पई इन गल्लां नू। तू मैनू गल दस की हुई है? तू ब्लड दियां गोलियां लिया भला, तेनू फिर दस दिना। ओ दस दे पुत बन के मेरा फिर ब्लड बदन लग गया हौली हौली करके। यार तू दस पुत की होया? कंपनी भज गई। केड़ी कंपनी? आ जड़ी हरमन वाली कराउन। तेनू कौन कहना? राजू दे गया दी मैं बत्ता लैन दुकान वाले ते खबरां च ली जांदियां ती थाने दा राब बोलिया कहना कराउन कंपनी भज गई। ਉਹ ਕੋਈ ਹੋਰ ਕੰਪਨੀ ਕੁੰਪਨੀ ਹੋਊਗੀ, ਆਪਣੇ ਦੋਧੇ ਵਾਲੀ ਕੰਪਨੀ ਨਹੀਂ ਗੀ ਉਹ? ਇਹੀ ਦੀਗੀ ਮੈਂ ਖਬਰਾਂ ਪੜ੍ਹ ਕੇ ਆਇਆ ਆਪ ਯਾਰ ਕਰਾਉਣ। ਸੀ ਤੇ ਪੈਂਦੀ ਆ ਕਰਾਉਣ, ਸੀ ਤੇ ਉੱਥੇ ਵੱਡਾ ਪਾਇਆ ਹੋਇਆ ਦੀ ਬਲੈਕਸ ਜਿਹਾ। ਹਰਮਨ ਨੂੰ ਫੋਨ ਨਹੀਂ ਕਰਿਆ ਤੈਨੇ? ਕਰਿਆ ਦੀ ਉਹਦਾ ਭੈਣ ਦਾ ਯਾਰ, ਆਪ ਭੱਜ ਗਿਆ ਦੋ ਦਿਨ ਹੋ ਗਏ ਘਰੇ ਨਹੀਂ ਆਇਆ। ਉਹਦੀ ਮੰਮੀ ਕਹਿੰਦੀ ਪਤਾ ਨਹੀਂ ਕਿੱਥੇ ਆ। ਖੜਕੇ ਮੈਂ ਤਾਂ ਕਹਿੰਦਾ ਦੇ ਪਿੰਡ ਦੇ ਪੈਸੇ ਲਵਾਤੇ ਤੂੰ ਓਏ ਮੈਨੂੰ ਹੈਂ। ਪਰ ਉਰੇ ਬੈਠਾ ਕਿ ਫੇਰੇ ਦਿੰਦਾ ਤੂੰ ਹੈ? ਮਾੜਾ ਮੋਟਾ ਖੜਾ ਹੋ ਜਾ, ਆਪਾਂ ਮੋਟਰਸਾਈਕਲ ਕੱਢ ਲੈ ਚੱਲੀਏ ਹਰਮਨ ਦੇ ਪਿੰਡ ਚੱਲ ਕੇ। ਉਹ ਮੈਂ ਤਾਂ ਬਹਿ ਗਿਆ ਸੀ, ਮੈਂ ਉੱਧਰ ਬੁੜੀਆਂ ਹੀ ਇਹਨੂੰ ਇਹ ਦੱਸ ਤਾਂ ਰੋਣਾ ਪਿੱਟਣਾ ਪਾ ਲੈਣੀ ਹੈ। ਉਹਦਾ ਬਾਬੇ ਜੀ ਦਾ ਰਹੋ ਧਰੀ ਬੈਠੀਆਂ ਨੇ ਉੱਥੇ। ਨਹੀਂ ਭੈਣ ਦਾ ਮਰਿਆ ਟਾਕੂ ਇਹਨਾਂ ਦੀ ਬਾਬੇ ਦੇ ਨਾਲੇ ਹੋਰ ਦਾ ਜਾਣ ਕੇ ਭੈਣ ਦੇ ਖਸਮੋ ਪਰ ਦਾ ਮੇਰੇ ਬਿਨਾਂ ਪੁੱਛੇ ਪੈਸੇ ਲਾ ਦੇ ਕੰਪਨੀ 'ਚ ਤੇਰੀ ਮਾਂ ਨੇ ਹੈ? ਉਹਨੂੰ ਕੱਲੇ ਆ ਕੇ ਦੇ ਪੈਸੇ ਹੁਣ। ਜਰੋਂ ਸਾਰਾ ਘਰ ਜਾਲ ਕੇ ਰੱਖਤਾ। ਚੱਲ ਖੜਾ ਹੋ ਮੋਟਰਸਾਈਕਲ ਕੱਢ ਚੱਲ ਗਈ ਹਰਮਨ ਦੇ ਪਿੰਡ ਚੱਲੀ। ਘਰੇ ਨਹੀਂ ਹੈਗਾ ਉਹ। ਫਿਰ ਉਰੇ ਬੈਠਾ ਕਿ ਥਣ ਫੜਦਾ ਹੈ। ਭੈਣ ਦੀ ਥੋਟੀ ਹੋਏ, ਆ ਭੈਣ ਤਾਂ ਜਮੀ ਮਾਂ ਤੇ ਹੋਏ ਵੀ ਚੋ ਤੇ ਕਲੰਨ ਜੇ ਜਵਾਕ ਨੇ ਕਿ ਨਾਨੇ ਮੈਂ ਹੈਗਾ, ਭੈਣ ਦਾ ਖਸਮ ਆਪ ਹੀ ਘਰੇ ਨਹੀਂ ਹੋਣਾ। ਇਹ ਮੱਥਾ ਤਾਂ ਸੁੱਖ ਸਵੇਲੀ ਨਾਲ ਹੋ ਗਿਆ ਟੇਕ, ਹੁਣ ਹਰਮਨ ਹੁਣੀ ਆਉਣ ਵਾਲੇ ਆ। ਮੇਰਾ ਤਾਂ ਖੁਸ਼ੀ 'ਚ ਨੱਚਣ ਨੂੰ ਦਿਲ ਕਰਦਾ। ਚੱਲ ਗੁਰੂ ਦਾ ਨਾਂ ਲਈਏ। ਆਵਾਂਗੇ ਦੁਬਾਰੇ ਤੇਰੇ ਚਮ ਚਮ ਕਰ ਦੇ, ਆਵਾਂਗੇ ਦੁਬਾਰੇ ਤੇਰੇ ਚਮ ਚਮ ਕਰ ਦੇ। ਕਿੱਧਰ ਨੂੰ ਭੱਜਿਆ ਜਾਨਾ, ਗੁਰੂ ਦਾ ਨਾਂ ਲੈ ਲਾ। ਹੈਂ ਕਾਹਤੋਂ ਲੈ ਲਾ ਤੇਰੇ ਗੁਰੂ ਦਾ ਨਾਮ? ਪੈਸੇ ਦੁੱਗਣੇ ਹੋਣਗੇ ਤੇਰੀ ਭਣੋਈਆ ਭੱਜ ਗਈ ਕੰਪਨੀ। ਹੈਂ ਖਸਮ ਦੀ ਪੱਟੇ ਗਏ ਨੀ ਮਾਸੀਏ, ਤੈ ਪੱਟਿਆ ਕਰ ਤੈ ਸਾਰਾ। ਆਈ ਬੜਾਈ ਮੇਰੇ ਸਿਰ ਪੱਟੇ ਗਏ, ਮੈਂ ਕਹਿੰਦਾ ਘਰੇ ਭੱਜ ਆਉਦਾ। ਕਿਉਂ ਐ ਕਿਵੇਂ ਭੱਜ ਜਾ? 20,000 ਲਾਇਆ ਲੈ ਕੇ ਜਾਉਂ ਉਈ ਨਹੀਂ ਜਾ ਹੋ ਕਰਦੀ ਜਾਂਦੀ ਮੈਂ, ਨਾਲੇ ਮੇਰੀ ਗੱਲ ਸੁਣ ਲਾ ਤਾਇਆ, ਮੈਨੂੰ ਤਾਂ ਸਿੱਧਾ ਬੋਲਣ ਦੀ ਲੋੜ ਨਹੀਂ, ਸਿਆਣਾ ਪਿਆਣਾ ਤੂੰ, ਅਕਲ ਸਿੱਖ ਮਾੜੀ ਮੋਟੀ ਬੋਲਣ ਦੀ। 20,000 ਤਾਂ ਮੇਰੇ ਕੋਲ ਲਾਇਆ ਇਹਨੇ, ਲਵਾਇਆ ਮਾਸੀ ਨੇ, ਪੁੱਛੋ ਨੂੰ ਹਾਂ ਇਹਨੇ ਲਵਾਇਆ ਨਹੀਂ, ਲੈ ਲੈ 20,000 20,000 ਲੈ ਕੇ ਜਾਓ, ਜੇ ਦਿੰਦੇ ਨਹੀਂ ਲੈਣ ਤਾਂ ਮੈਂ ਵੀ ਜਾਣਦੀ ਆ, ਸਾਰੀ ਕਮੇਟੀ ਨੂੰ ਪੁੱਠਾ ਕਰ। ਤੁਸੀਂ ਤਾਂ ਕੀ ਨਹੀਂ ਪੈਸੇ ਦਿੰਦੇ, ਤੁਸੀਂ ਤਾਂ 40 ਦੇ ਕੇ ਖਾੜੇ ਸੁੱਟੋ। ਸਾਡੀ ਦਾ ਕੰਮ, ਸਾਡੇ ਤਾਂ ਆਪੇ ਮਰ ਗਏ ਭਈਆ, ਤਾਂ ਆਪੇ ਲੁੱਟੇ ਗਏ। ਮੈਨੂੰ ਕਿਹੜਾ ਤੁਹਾਡਿਆਂ ਦਾ ਠੇਕਾ, ਮੇਰਾ ਤਾਂ 20,000 ਲਵਾਇਆ, ਮੈਨੂੰ ਤਾਂ 20 ਦੇ ਦਿਓ ਬਾਬੀ। ਠੱਗਣੀਆਂ ਤੂੰ ਤਾਂ, ਮੇਰੇ ਵੀ ਪੈਸੇ ਲਵਾ ਕੇ ਮੈਨੂੰ ਘਰੇ ਬਣਨ ਜੋਗੀ ਨੀ ਛੱਡਿਆ, ਤੇਰੀਆਂ
मेरे हाथ पैर कंबी जांदे आ कंबी जांदे आ सारे मरांगे हुण की होऊगा बे बब्बू मैं तो डेरे वालों भी गई मैं तो पिंड च मूंह दिखाउण जोगी भी ना रही बब्बू हाय वे इन्ना तो रब मैनू चक लवे वे मैं कुछ खा के मर जावा वे वे बब्बू हुण की करांगे वे पुत मेरे डॉक्टर तो टीका टूका लवा दे वे मेरे लत्ता पैर कंबी जांदे आ बब्बू मैं कित्थे गया मैं तो सब ही औखा औखा हो पा रबा चकला मैनू